Please note, in the process of creating this video, we have no intent to hurt any religious sentiments in any way, shape, or form. This video is created only for educational purposes. ਹੁਣ ਆਪਾਂ ਗੱਲ ਕਰਦੇ ਹਾਂ ਯੰਤਰ। ਮੂਲ ਰੂਪ ਵਿੱਚ ਯੰਤਰ, ਜਿਹਨੂੰ ਆਪਾਂ ਯੰਤਰ ਦਾ ਅਰਥ ਦਿੰਦੇ ਹਾਂ, ਇਹਦਾ ਅਰਥ ਹੈ ਕਲਾ ਭਾਵ ਮਸ਼ੀਨ। ਪਰੰਤੂ ਤਾਂਤਰਿਕ ਸ਼ਾਸਤਰ ਵਿੱਚ ਕਿਸੇ ਕਾਰਜਵਿਧੀ ਵਾਸਤੇ, ਲਾਭ ਜਾਂ ਕਿਸੇ ਦੀ ਹਾਨੀ ਵਾਸਤੇ, ਜੋ ਲੇਖ ਜਾਂ ਵਿਸ਼ੇਸ਼ ਸ਼ਬਦ ਭੋਜ ਪੱਤਰਾਂ ਜਾਂ ਕਾਗਜ਼ਾਂ ਉੱਪਰ ਲਿਖ ਕੇ ਤਾਵੀਜ਼ ਰੂਪ ਵਿੱਚ ਪਾਸ ਰੱਖਣ ਦੇ ਲਈ ਦਿੱਤਾ ਜਾਂਦਾ ਹੈ, ਉਹਨੂੰ ਯੰਤਰ ਕਿਹਾ ਜਾਂਦਾ ਹੈ। ਯੰਤਰ ਵੀ ਅਨੇਕਾਂ ਪ੍ਰਕਾਰ ਦੇ ਕਲਪਿਤ ਕੀਤੇ ਹੋਏ ਹਨ, ਅਨੇਕਾਂ ਪ੍ਰਕਾਰ ਦੀਆਂ ਹੀ ਵਿਧੀਆਂ ਹਨ। ਯੰਤਰਾਂ ਦੇ ਕੁਝ ਭੇਦ ਇਸ ਤਰ੍ਹਾਂ ਹਨ। ਮਿਰਗੀ ਆਦਿ ਦਾ ਯੰਤਰ, ਇਹ ਕਿਸੇ ਵੀ ਸਿਆਹੀ ਨਾਲ ਲਿਖ ਸਕਦੇ ਹਨ। ਮਿੱਤਰ ਮਿਲਾਉਣ ਦਾ ਯੰਤਰ, ਪੋਸਟ ਦੀ ਕਲਮ ਨਾਲ ਲਿਖਣਾ। ਭਗਵਤੀ ਯੰਤਰ, ਇਹ ਕੇਵਲ ਐਤਵਾਰ ਨੂੰ ਲਿਖਣਾ। ਲੜਾਕੀ ਇਸਤਰੀ ਵਸੀਕਰਨ ਯੰਤਰ, ਇਹ ਉੱਲੂ ਦੇ ਖੂਨ ਨਾਲ ਲਿਖਣਾ। ਸਿਰ ਦਰਦ ਯੰਤਰ, ਇਸ ਯੰਤਰ ਦੀ ਅੱਗ ਬਾਲ ਕੇ ਧੋਣੀ ਲੈਣੀ। ਪੁਰਸ਼ ਵਸੀਕਰਨ ਯੰਤਰ, ਇਸ ਨੂੰ ਪਾਣ ਦੇ ਰਸ ਨਾਲ ਲਿਖਣਾ। ਫਤਿਹ ਦਾ ਯੰਤਰ, ਭੋਜ ਪੱਤਰ ਉੱਪਰ ਲਿਖ ਕੇ ਡੌਲੇ ਭਾਵ ਸੱਜੇ ਡੌਲੇ 'ਤੇ ਬੰਨਣਾ। ਸੱਪ ਭਜਾਊ ਯੰਤਰ, ਇਹ ਕਵਾਰ ਗੰਦਲ ਦੇ ਰਸ ਨਾਲ ਲਿਖਣਾ। ਕਿਸੇ ਨੂੰ ਖਤਮ ਕਰਨ ਦਾ ਯੰਤਰ, ਇਹ ਪਿੱਪਲ ਦੇ ਪੱਤੇ ਉੱਪਰ ਲਿਖਣਾ। ਸੋ ਉਪਰੋਕਤ ਤੋਂ ਇਲਾਵਾ ਯੰਤਰ ਲਿਖਣ ਦੇ ਹੋਰ ਵੀ ਅਨੇਕਾਂ ਭੇਦ ਹਨ, ਪਰੰਤੂ ਸਾਡਾ ਪ੍ਰਯੋਜਨ ਤਾਂ ਅੰਮ੍ਰਿਤ ਸੰਸਕਾਰ ਸਮੇਂ ਜੈਸੇ ਗੁਰਮਤਿ ਵਿਰੋਧੀ ਕਰਮ ਭਗਵਾਤਾਰੀਆਂ ਨੇ ਅੰਕਿਤ ਕੀਤੇ ਹਨ, ਉਹਨਾਂ ਦਾ ਪਾਜ ਉਗੇੜਨਾ ਹੈ। ਇਹ ਭਗਵਾਤਾਰੀ ਜਦ ਦੇਵੀ ਪ੍ਰਗਟ ਹੋਈ ਸਿਰਲੇਖ ਅਧੀਨ ਲਿਖਦੇ ਹਨ ਕਿ ਯੰਤਰ ਵਾਹਿਗੁਰੂ ਮੋਹਨ ਵਸੀਕਰਨ ਨੇ ਦਿੱਤਾ, ਅਰਥਾਤ ਮੋਹਨ ਨੇ ਖਾਲਸੇ ਨੂੰ ਵਾਹਿਗੁਰੂ ਰੂਪੀ ਵਸੀਕਰਨ ਯੰਤਰ ਦਿੱਤਾ। ਵਾਹਿਗੁਰੂ ਯੰਤਰ ਨਹੀਂ ਹੈ, ਬਲਕਿ ਗੁਰਮੰਤਰ ਹੈ, ਜਿਸ ਬਾਰੇ ਮੰਤਰ ਸਿਰਲੇਖ ਅਧੀਨ ਸਪਸ਼ਟ ਕੀਤਾ ਜਾ ਚੁੱਕਾ ਹੈ। ਹੁਣ ਵਿਚਾਰ ਕਰਨੀ ਬਣਦੀ ਹੈ ਕਿ ਮੋਹਨ ਕੌਣ ਹੈ, ਜਿਸਨੇ ਗੁਰੂ ਸਾਹਿਬ ਨੂੰ ਵਸੀਕਰਨ ਯੰਤਰ ਦਿੱਤਾ, ਅਤੇ ਵਸੀਕਰਨ ਯੰਤਰ ਕੀ ਹੈ। ਸੋ ਮੋਹਨ, ਮੋਹਿਨੀ, ਇਹਦਾ ਭਾਵ ਹੈ ਮੋਹ ਲੈਣ ਵਾਲੀ, ਸੁਰਗ ਦੀ ਅਪਚਰਾ, ਮਾਇਆ, ਵਿਸ਼ਨੂੰ ਦਾ ਇੱਕ ਅਵਤਾਰ। ਸੋ ਵਸੀਕਰਨ ਯੰਤਰ ਨਾਲ ਵਿਸ਼ਨੂੰ ਦੇ ਅਵਤਾਰ ਦਾ ਸੰਬੰਧ ਹੈ, ਜੋ ਗਾਥਾ ਇਸ ਤਰ੍ਹਾਂ ਹੈ। ਖੀਰ ਸਮੁੰਦਰ ਰਿੜਕਣ ਉਪਰੰਤ ਜਦੋਂ ਅੰਮ੍ਰਿਤ ਦੀ ਵੰਡ ਨੂੰ ਲੈ ਕੇ ਦੇਵਤਿਆਂ ਅਤੇ ਦੈਂਤਾਂ ਵਿਚਕਾਰ ਝਗੜਾ ਹੋ ਗਿਆ, ਤਾਂ ਵਿਸ਼ਨੂੰ ਨੇ ਦੇਵਤਿਆਂ ਦੀ ਮਦਦ ਕਰਨ ਵਾਸਤੇ ਅਤੇ ਦੈਂਤਾਂ ਨੂੰ ਮੋਹਣ ਦੇ ਲਈ ਸੁੰਦਰ ਸਰੂਪ ਇਸਤਰੀ ਦਾ ਰੂਪ ਧਾਰਿਆ ਅਤੇ ਸ਼ਰਾਪ ਪਿਲਾਈ। ਵਿਸ਼ਨੂੰ ਦੇ ਇਸ ਅਤ ਮੋਹਣੀ ਸਰੂਪ ਨੇ ਸਭ ਨੂੰ ਵਸੀਕਰਨ ਕਰ ਲਿਆ। ਵਿਸ਼ਨੂੰ ਦੇ ਇਸ ਇਸਤਰੀ ਰੂਪ ਅਤ ਸੁੰਦਰ ਸਰੂਪ ਨੂੰ ਮਿਥਿਹਾਸ ਘਾੜਿਆਂ ਨੇ ਵਿਸ਼ਨੂੰ ਦੇ 24 ਅਵਤਾਰਾਂ ਵਿੱਚ ਵਰਣਨ ਕੀਤਾ ਹੈ। ਸੋ ਕੂਟਨੀਤਕਾਂ ਦੀ ਲਿਖਤ ਦਾ ਪ੍ਰਯੋਜਨ ਸਿਧਾਂਤ ਦਾ ਵਿਗਾੜ ਹੈ ਕਿ ਮੋਹਨ, ਮੋਹਨੀ ਰੂਪ ਵਿਸ਼ਨੂੰ, ਉਹਨੇ ਗੁਰੂ ਸਾਹਿਬ ਨੂੰ ਵਾਹਿਗੁਰੂ ਰੂਪ ਵਸੀਕਰਨ ਯੰਤਰ ਦਿੱਤਾ। ਅਗਲੀ ਵਿਚਾਰ ਹੈ ਕਿ ਵਸੀਕਰਨ ਯੰਤਰ ਕੀ ਹੈ। ਤਾਂਤਰਿਕ ਸ਼ਾਸਤਰੀਆਂ ਨੇ ਯੰਤਰ ਨੂੰ ਅਨੇਕਾਂ ਭੇਦਾਂ, ਜੋ ਕੁੱਲ ਪਿੱਛੇ ਦਿੱਤੇ ਜਾ ਚੁੱਕੇ ਹਨ, ਉਹਨਾਂ ਅਨੇਕਾਂ ਭੇਦਾਂ ਦੇ ਵਿੱਚ ਵੰਡਿਆ ਹੈ। ਵਿਸ਼ਨੂੰ ਦੇ ਸੁੰਦਰ ਸਰੂਪ ਮੋਹਣੀ ਦੇ ਪ੍ਰਭਾਵ ਤੋਂ ਇਹਨਾਂ ਨੇ ਇਸਤਰੀ ਵਸੀਕਰਨ ਯੰਤਰ ਦਾ ਨਾਮ ਵੀ ਮੋਹਣੀ ਵਸੀਕਰਨ ਲਿਖਿਆ ਹੈ। ਯਾਦ ਰਹੇ, ਮੁਸਲਮਾਨ ਅਤੇ ਹਿੰਦੂ ਦੋਹਾਂ ਧਰਮਾਂ ਦੇ ਤਾਂਤਰਿਕਾਂ ਦੇ ਕੋਲ ਇਹ ਕਲਪਿਤ ਮੰਤਰ ਅਹਿਮ ਸਥਾਨ ਰੱਖਦਾ ਹੈ, ਕਿਉਂਕਿ ਅਗਿਆਨੀਆਂ ਨੂੰ ਭਰਮਾਉਣ ਅਤੇ ਮਾਇਆ ਠੱਗਣ ਦਾ ਇਹ ਵਧੀਆ ਸਾਧਨ ਹੈ। ਪਰੰਤੂ ਇਬਾਰਤ, ਉਚਾਰਣ ਅਤੇ ਬਣਤਰ ਅਲੱਗ ਅਲੱਗ ਹੈ। ਮੋਹਿਨੀ ਵਸੀਕਰਨ ਯੰਤਰ ਦੇ ਨਾਲ ਮੰਤਰ ਮੋਹਿਨੀ ਵਸੀਕਰਨ ਮੰਤਰ, ਇਹਦਾ 41 ਵਾਰੀ 21 ਦਿਨ ਜਾਪ ਕਰਨ ਦੀ ਤਾਗੀਦ ਅਗਿਆਨੀਆਂ ਨੂੰ ਇਹ ਠੱਗ ਤਾਂਤਰਿਕ ਕਰਦੇ ਹਨ, ਜੋ ਇਸ ਤਰ੍ਹਾਂ ਹੈ। ਮੰਗਲ ਮੋਹਣੀ ਬਾਹਮਣੀ ਕੰਨਿਆ ਕਵਾਰੀ ਆਪ, ਮੈਂ ਵੀ ਤੈਨੂੰ ਸਿਮਰਦਾ, ਕਰ ਹਮਾਰਾ ਕਾਜ, ਰੱਖ ਹਮਾਰੀ ਲਾਜ, ਜਹਾਂ ਕੋ ਭੇਜੂ ਵਹਾਂ ਕੋ ਜਾਓ, ਮੇਰੀ ਭੇਜੀ ਜਾਓ, ਮੇਰੇ ਗੁਰੂ ਕੀ ਭੇਜੀ ਜਾਓ, ਫਲਾਨੀ, ਇੱਥੇ ਨਾਮ ਵੀ ਵਰਤਦੇ ਹਨ। ਕੋ ਸੁੱਤੀ ਕੋ ਜਗਾ ਕੇ ਲਿਆਓ, ਬੈਠੀ ਕੋ ਉਠਾ ਕੇ ਲਿਆਓ, ਹਾਜ਼ਰ ਕਰੋ ਹਾਜ਼ਰ ਕਰੋ, ਲੌਂਗ ਤੇ ਇਲਾਇਚੀ ਤੇ ਚੱਲੇ, ਲੌਂਗ ਤੇ ਇਲਾਇਚੀ ਤੇ ਚੱਲੋ, ਫੂਲ ਪਾਨ ਤੇ ਚੱਲੋ, ਜੇ ਹਾਜ਼ੂਰ ਨਾ ਕਰੇ ਤਾਂ ਨੂਨਾ ਚਮਾਰੀ ਦੇ ਕੁੰਡ ਵਿੱਚ ਡਿੱਗ ਕੇ ਮਰੇ, ਦੁਹਾਈ ਖਵਾਜੇ ਖਿਜ਼ਰ, ਬਲੀ ਪਰੀ ਦੀ ਦੁਹਾਈ। ਸੋ ਉਪਰੋਕਤ ਮੰਤਰ ਦੇ ਨਾਲ ਮੋਹਣੀ ਵਸੀਕਰਨ ਯੰਤਰ ਵੀ ਅਗਿਆਨੀਆਂ ਨੂੰ ਦੇ ਕੇ ਇਸ਼ਕ ਮਿਜਾਜੀ ਦੀ ਕਾਰਜ ਸਿੱਧੀ ਦਾ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਇਸ ਨਿਮਨ ਲਿਖਤ ਯੰਤਰ ਨੂੰ ਪਾਨ ਦੇ ਰਸ ਨਾਲ ਲਿਖਣਾ ਹੈ ਅਤੇ ਪਾਸ ਰੱਖਣਾ ਹੈ, ਇਸਤਰੀ ਪੁਰਸ਼ ਵੇਖ ਕੇ ਹੀ ਵਸ ਹੋ ਜਾਵੇਗੀ। ਵਸੀਕਰਨ ਯੰਤਰ, ਇਸਲਾਮੀ ਤਾਂਤਰਿਕ ਆਪਣਾ ਵੱਖਰਾ ਵਸੀਕਰਨ ਯੰਤਰ ਇਸਤੇਮਾਲ ਕਰਦੇ ਹਨ।
ਜਿਸ ਦਾ ਪ੍ਰਯੋਜਨ ਤਾਂ ਪਹਿਲੇ ਵਾਲਾ ਹੈ ਪਰੰਤੂ ਉਚਾਰਨ ਅਲੱਗ ਹੈ। ਉਹ ਇਸ ਤਰ੍ਹਾਂ ਹੈ, ਬਿਸਮਿਲ੍ਲਾ ਹਜ਼ਰਤ ਬੀਵੀ ਫਾਤਿਮਾ ਮਦਦ ਐਲੀ ਸ਼ੇਰ ਲਿਆਵੇ, ਇਸ ਨੂੰ ਘੇਰਨ ਵਾਸਤੇ ਹੁਸਨ ਹੁਸੈਨ ਦੇਰੂ ਸਾਡੇ ਵੱਲ ਫੇਰ, ਯਾ ਰਹੀਮਾ ਰਹਿਮ ਕਰ, ਯਾ ਕਰੀਮਾ ਕਰਮ ਕਰ, ਮੇਰੀ ਇਹਦੀ ਸੁਲਾਹ ਕਰ, ਪੰਜਾਂ ਪੀਰਾਂ ਨੂੰ ਜਦਦ ਕਰ। ਸੋ ਉਪਰੋਕਤ ਵਸੀਕਰਨ ਮੰਤਰ ਦਾ ਜੰਤਰ ਅਲੱਗ ਹੈ ਅਤੇ ਵਿਧੀ ਨਿਮਨ ਲਿਖਤ ਹੈ। ਵਿਧੀ ਹੈ ਕਿ 6 ਮਾਲਾ ਜਾਪ ਕਰੇ 21 ਦਿਨ ਵਾਸਤੇ। 21ਵੇਂ ਦਿਨ ਕਣਕ ਦੇ ਦਾਣੇ ਭੁੰਨ ਕੇ ਗੁੜ ਪਾ ਕੇ ਵੰਡਣੇ। ਸੋ ਇਹ ਪ੍ਰਚਲਿਤ ਮੋਹਨੀ ਵਸੀਕਰਨ ਯੰਤਰ ਹਨ ਜੋ ਸਾਡੇ ਦੇਸ਼ ਦੇ ਤਾਂਤਰਿਕ ਸ਼ਾਸਤਰ ਨਾਲ ਸੰਬੰਧਿਤ ਲੋਕ ਅਗਿਆਨੀ ਲੋਕਾਂ ਨੂੰ ਠੱਗਣ ਲਈ ਵਰਤਦੇ ਹਨ। ਕੂਟਨੀਤਿਕ ਵਿਪਰਵਾਦੀਆਂ ਨੇ ਵਾਹਿਗੁਰੂ ਨੂੰ ਯੰਤਰ ਰੂਪ ਦਰਸਾ ਕੇ ਮੋਹਨੀ ਵਸੀਕਰਨ ਦੁਆਰਾ ਮੰਤਰ ਅੰਮ੍ਰਿਤ ਸੰਸਕਾਰ ਸਮੇਂ 10 ਪਿਤਾ ਨੂੰ ਬਖਸ਼ਿਸ਼ ਕਰਨ ਦਾ ਪਖੰਡ ਰਚਿਆ ਹੈ। ਗੁਰਮਤਿ ਸਿਧਾਂਤਾਂ ਦੀ ਘੋਰ ਅਵੱਗਿਆ ਹੈ। ਗੁਰੂ ਸਾਹਿਬ ਨੇ ਖਾਲਸੇ ਨੂੰ ਅੰਮ੍ਰਿਤ ਦੀ ਬਖਸ਼ਿਸ਼ ਕੀਤੀ ਹੈ, ਨਾ ਕਿ ਮੋਹਨੀ ਵਸੀਕਰਨ ਯੰਤਰਾਂ ਦੀ। ਵੈਸੇ ਵੀ ਐਸੀ ਮੋਹਨੀ ਮੰਤਰ ਅਗਿਆਨੀ ਲੋਕਾਂ ਨੂੰ ਭਰਮਾ ਕੇ ਭਰਮ ਜਾਲ ਵਿੱਚ ਫਸਾਉਣ ਵਾਲਿਆਂ ਲਈ ਤਾਂ ਲਾਹੇਵੰਦ ਹੋ ਸਕਦਾ ਹੈ, ਪਰ ਉਸ ਖਾਲਸੇ ਵਾਸਤੇ ਨਹੀਂ ਜਿਹਦੀ ਪਹਿਲੀ ਸ਼ਰਤ ਹੀ ਭਰਮ ਤੋਂ ਰਹਿਤ ਹੋਣਾ ਹੈ। ਭਰਮ ਪੇਖ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਅਜਿਹੇ ਵਸੀਕਰਨ ਯੰਤਰ ਨਾਲ ਜਾਂ ਤਾਂ ਔਰਤਾਂ ਨੂੰ ਭਰਮਾਉਣ ਦੀ ਕਲਪਨਾ ਦਰਸਾਈ ਜਾਂਦੀ ਹੈ, ਜਾਂ ਫਿਰ ਵੈਰੀ ਨੂੰ ਵਸੀਕਰਨ ਕਰਨ ਦੀਆਂ ਮਿਥਿਹਾਸਕ ਗਥਾਵਾਂ ਦੱਸੀਆਂ ਜਾਂਦੀਆਂ ਹਨ ਜੋ ਕਿ ਇਤਿਹਾਸਕ ਕਸਵੱਟੀ ਉੱਪਰ ਪੂਰੀਆਂ ਨਹੀਂ ਉਤਰਦੀਆਂ। ਇਹ ਕਰਮ ਖਾਲਸਾ ਜੀਵਨ ਜਾਂਚ ਦਾ ਅੰਗ ਨਹੀਂ ਹਨ, ਕਿਉਂਕਿ ਖਾਲਸੇ ਦਾ ਮੈਦਾਨੇ ਜੰਗ ਦਾ ਕਰਤੱਵ ਤਾਂ ਦੁਰਜਣ ਕੋ ਨਾਸ ਅਤੇ ਗਿਆਨ ਦਾ ਪ੍ਰਕਾਸ਼ ਹੈ। ਪੱਤ ਲਾਹ ਕੇ ਜਿਉਣਾ ਅਤੇ ਯੰਤਰ ਕਿਰਿਆਵਾਂ 'ਤੇ ਯਕੀਨ ਰੱਖਣਾ ਸਿੱਖ ਜੀਵਨ ਜਾਂਚ ਨਾਲ ਸੰਬੰਧ ਨਹੀਂ ਰੱਖਦੇ। ਜੇ ਜੀਵੈ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਗੁਰੂ ਗ੍ਰੰਥ ਸਾਹਿਬ ਜੀ, ਪੰਨਾ 142।